ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ। ਮੈਂ ਰਾਹੁਲ ਕਾਲਾ ਅਤੇ ਸ਼ਾਮ 5 ਵਜੇ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ। 39 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦਫ਼ਤਰ ਦਿੱਲੀ ਦੇ ਵਿੱਚ ਆਪਣਾ ਪਹਿਲਾ ਚੋਣ ਭਾਸ਼ਣ ਦਿੱਤਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ 17 ਸਤੰਬਰ ਨੂੰ 75 ਸਾਲ ਦੇ ਹੋਣ ਜਾ ਰਹੇ ਹੈ ਕਿ ਭਾਜਪਾ ਉਹਨਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਵਾਂਗ ਰਿਟਾਇਰ ਕਰੇਗੀ, ਕਿਉਂਕਿ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹੀ ਇੱਕ ਰੂਲ ਬਣਾਇਆ ਸੀ ਕਿ 75 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਦਾ ਲੀਡਰ ਐਕਟਿਵ ਪੋਲਿਟਿਕਸ ਦੇ ਵਿੱਚ ਨਜ਼ਰ ਨਹੀਂ ਆਏਗਾ। ਹੁਣ ਸਵਾਲ ਖੜ੍ਹਾ ਕਰ ਦਿੱਤਾ ਗਿਆ, ਜੇਕਰ ਭਾਜਪਾ ਇਹ ਚੋਣ ਜਿੱਤਦੀ ਹੈ, ਉਹਨਾਂ ਨੇ ਕਿਹਾ ਅਰਵਿੰਦ ਕੇਜਰੀਵਾਲ ਨੇ ਕਿ ਜੇਕਰ ਬੀਜੇਪੀ ਇਹ ਚੋਣ ਜਿੱਤ ਜਾਂਦੀ ਹੈ ਤਾਂ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਅਗਲਾ ਬਣਾ ਦਿੱਤਾ ਜਾਵੇਗਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਅਹੁਦੇ ਤੋਂ ਹਟਾ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਮੋਦੀ ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਮਿਤਰਾ ਮਹਾਜਨ, ਸ਼ਿਵਰਾਜ ਸਿੰਘ ਚੌਹਾਨ, ਵਸੁੰਧਰਾ ਰਾਜੇ, ਮਨੋਹਰ ਲਾਲ ਖੱਟਰ, ਰਮਨ ਸਿੰਘ ਦੀ ਰਾਜਨੀਤੀ ਨੂੰ ਖਤਮ ਕਰ ਦਿੱਤਾ ਅਤੇ ਹੁਣ ਇਸ ਤੋਂ ਬਾਅਦ ਯੋਗੀ ਆਦਿੱਤਿਆ ਨਾਥ ਦਾ ਨੰਬਰ ਲੱਗਣ ਜਾ ਰਿਹਾ। ਉਹਨਾਂ ਨੇ ਕਿਹਾ ਕਿ ਜੇਕਰ ਬੀਜੇਪੀ ਚੋਣ ਜਿੱਤਦੀ ਹੈ ਤਾਂ 2 ਮਹੀਨਿਆਂ ਦੇ ਅੰਦਰ ਅੰਦਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਦਲ ਦਿੱਤਾ ਜਾਵੇਗਾ। ਇਹ ਤਾਨਾਸ਼ਾਹੀ ਹੈ, ਇੱਕ ਰਾਸ਼ਟਰ ਇੱਕ ਨੇਤਾ ਬਣਾਉਣ ਦੀ ਬੀਜੇਪੀ ਦੀ ਸਾਜਿਸ਼ ਹੈ। ਬੀਜੇਪੀ ਕੇ ਅੰਦਰ ਮੋਦੀ ਜੀ ਨੇ 2014 ਮੇਂ ਮੋਦੀ ਜੀ ਨੇ ਖੁਦ ਨੇ ਰੂਲ ਬਣਾਇਆ ਥਾ ਕਿ ਬੀਜੇਪੀ ਕੇ ਅੰਦਰ ਜੋ ਵੀ 75 ਸਾਲ ਕਾ ਹੋਗਾ ਉਸਕੋ ਰਿਟਾਇਰ ਕਰ ਦਿਆ ਜਾਏਗਾ। ਸਬਸੇ ਪਹਿਲੇ ਅਡਵਾਨੀ ਜੀ ਕੋ ਰਿਟਾਇਰ ਕੀਆ ਗਿਆ, ਉਸਕੇ ਬਾਅਦ ਮੁਰਲੀ ਮਨੋਹਰ ਜੋਸ਼ੀ ਜੀ ਕੋ ਰਿਟਾਇਰ ਕੀਆ ਗਿਆ, ਫਿਰ ਸੁਮਿਤਰਾ ਮਹਾਜਨ ਕੋ ਰਿਟਾਇਰ ਕੀਆ ਗਿਆ, ਫਿਰ ਯਸ਼ਵੰਤ ਸਿਨਹਾ ਕੋ ਰਿਟਾਇਰ ਕੀਆ ਗਿਆ। ਅਬ ਮੋਦੀ ਜੀ ਅਗਲੇ ਸਾਲ 17 ਸਤੰਬਰ ਕੋ ਰਿਟਾਇਰ ਹੋਣੇ ਵਾਲੇ। ਤੋ ਮੈਂ ਬੀਜੇਪੀ ਸੇ ਪੁੱਛਣਾ ਚਾਹਤਾ ਹੂੰ, ਆਪਕਾ ਪ੍ਰਧਾਨ ਮੰਤਰੀ ਕਾ ਦਾਅਵੇਦਾਰ ਕੌਣ ਹੈ? ਦੋਸਤੋ ਅਗਲੇ ਸਾਲ 17 ਸਤੰਬਰ ਤੱਕ ਅਗਰ ਇਨਕੀ ਸਰਕਾਰ ਬਣੀ ਤੋ ਉਸਪੇ ਵੀ ਆਊਂਗਾ ਮੈਂ, ਅਗਰ ਇਨਕੀ ਸਰਕਾਰ ਬਣੀ ਤੋ ਪਹਿਲੇ ਅਗਲੇ 2 ਮਹੀਨੇ ਮੈਂ ਯੋਗੀ ਜੀ ਕੋ ਨਿਪਟਾਏਂਗੇ ਯੇ, ਔਰ ਉਸਕੇ ਬਾਅਦ ਮੋਦੀ ਜੀ ਕੇ ਸਬਸੇ ਖਾਸ ਅਮਿਤ ਸ਼ਾਹ ਕੋ ਯੇ ਪ੍ਰਧਾਨ ਮੰਤਰੀ ਬਣਾਏਂਗੇ। ਤੋ ਮੈਂ ਲੋਗੋ ਕੋ, ਦੇਸ਼ ਕੇ ਲੋਗੋ ਕੋ ਆਗਾਹ ਕਰਨਾ ਚਾਹਤਾ ਹੂੰ, ਮੋਦੀ ਜੀ ਆਪਣੇ ਲਈ ਵੋਟ ਨਹੀਂ ਮੰਗ ਰਹੇ, ਮੋਦੀ ਜੀ ਅਮਿਤ ਸ਼ਾਹ ਕੋ ਪ੍ਰਧਾਨ ਮੰਤਰੀ ਬਣਾਨੇ ਕੇ ਲਈ ਵੋਟ ਮੰਗ ਰਹੇ। ਉਧਰ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਦਿੱਲੀ ਦੇ ਵਿੱਚ ਪਹੁੰਚੇ ਸੀ, ਜਿੱਥੇ ਆਮ ਆਦਮੀ ਪਾਰਟੀ ਦੇ ਹੈੱਡ ਆਫਿਸ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਸੀਐਮ ਭਗਵੰਤ ਮਾਨ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਇਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਫੈਲ ਰਹੀ ਤਾਨਾਸ਼ਾਹੀ ਨੂੰ ਲੋਕਾਂ ਨੇ ਠੱਲ ਪਾ ਦਿੱਤੀ ਹੈ। ਪਹਿਲੇ ਜਿਹੜੇ 3 ਗੇੜ ਹੋਏ ਆ, ਇਸ ਦੇ ਵਿੱਚ ਚੋਣਾਂ ਨੇ ਸਾਬਤ ਕਰ ਦਿੱਤਾ ਕਿ ਇਸ ਵਾਰ ਬੀਜੇਪੀ ਵਾਲਿਆਂ ਨੂੰ 400 ਪਾਰ ਤਾਂ ਕਿ ਇਹਨਾਂ ਦਾ ਬੇੜਾ ਪਾਰ ਵੀ ਨਹੀਂ ਹੋਣਾ। 25 ਮਈ ਬੀਜੇਪੀ ਗਈ। ਸੋ ਦੋਸਤੋ, ਤਾਨਾਸ਼ਾਹੀ ਕਾ ਏਕ ਹੀ ਕਾਲ, ਕੇਜਰੀਵਾਲ ਕੇਜਰੀਵਾਲ। ਜੋ ਤਾਨਾਸ਼ਾਹੀ ਦੇਸ਼ ਮੇ ਫੈਲ ਰਹੀ ਥੀ, ਅਬ ਮੈਂ ਉਸਕੇ ਸਾਥ ਥੀ ਲਗਾਉਂਗਾ, ਕਿਉਂਕਿ ਪਹਿਲੇ 3 ਰਾਊਂਡ ਮੇ ਆਪਕੋ ਖੁਸ਼ਖਬਰੀ ਬਤਾ ਦੇਤਾ ਹੂੰ, ਪਹਿਲੇ 3 ਰਾਊਂਡ ਮੇ ਮੋਦੀ ਜੀ ਕੋ ਪਤਾ ਚਲ ਗਿਆ ਕਿ ਅਬ ਕੀ ਬਾਰ 400 ਪਾਰ ਨਹੀਂ, ਬੇੜਾ ਪਾਰ ਵੀ ਨਹੀਂ। 400 ਪਾਰ ਤੋ ਦੂਰ ਕੀ ਬਾਤ ਹੈ, ਬੇੜਾ ਪਾਰ ਨਹੀਂ ਹੋ ਰਹਾ। इसीलिए भाषण की टोन बदल ली। ये नारा, ये इधर से महिला विंग की तरफ से नारा आ रहा है सर, 25 मई बीजेपी गई।
ਭਾਜਪਾ ਵੱਲੋਂ ਪੰਜਾਬ ਦੇ ਵਿੱਚ ਪਹਿਲੀ ਵਾਰ ਲੋਕ ਸਭਾ ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਐਲਾਨੇ ਗਏ ਆ, ਯਾਨੀ ਕਿ ਆਪਣੇ ਦਮ ਤੇ ਚੋਣ ਲੜ ਰਹੀ ਹੈ ਬੀਜੇਪੀ। ਪਾਰਟੀ ਦੇ ਉਮੀਦਵਾਰਾਂ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਿਸ ਦੇ ਤਹਿਤ ਅੱਜ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰਾਣਾ ਸੋਢੀ ਜਲਾਲਾਬਾਦ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਪਹੁੰਚੇ ਸਨ, ਜਿੱਥੇ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇਸ ਮੌਕੇ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ। ਰਾਣਾ ਗੁਰਮੀਤ ਸਿੰਘ ਸੋਢੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਈ ਹੋਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਹੋ ਚੁੱਕਿਆ ਹੈ। ਇਸ ਨੂੰ ਦੇਖਦੇ ਹੋਏ ਭਾਜਪਾ ਪੰਜਾਬ ਦੇ ਲੀਡਰਾਂ ਵੱਲੋਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਖਡੂਰ ਸਾਹਿਬ ਦੀ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਮੰਗ ਕੀਤੀ ਹੈ ਕਿ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਕੁਲਵੀਰ ਜ਼ੀਰਾ ਨੇ ਇਸ ਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਮੈਂ ਪਹਿਲ ਦੇ ਆਧਾਰ 'ਤੇ ਡੋਪ ਟੈਸਟ ਕਰਵਾਉਣ ਦੇ ਲਈ ਤਿਆਰ ਹਾਂ। ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਦੇ ਵਿੱਚ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੇ ਇਹ ਵੀ ਕਿਹਾ ਕਿ ਦੇਸ਼ ਦੇ ਜਿਨ੍ਹਾਂ ਹਲਕਿਆਂ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ ਉਹਨਾਂ ਦੇ ਜੇਤੂ ਉਮੀਦਵਾਰਾਂ ਨੂੰ ਤਾਂ ਹੀ ਸਹੁੰ ਚੁਕਾਈ ਜਾਵੇ ਜੇ ਉਹ ਡੋਪ ਟੈਸਟ ਪਾਸ ਕਰ ਜਾਂਦੇ ਨੇ। ਜਿਹੜੇ ਨਹੀਂ ਪਾਸ ਕਰਦੇ ਉਹਨਾਂ ਦਾ ਪਹਿਲਾਂ ਇਲਾਜ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਜਿਨ੍ਹਾਂ ਨੇ ਕਦੇ ਨਿਸ਼ਾਨ ਨੂੰ ਵੇਖ ਕੇ ਵੋਟ ਪਾਏ ਹੈ ਉਹ ਸਾਡੇ ਨਾਲ ਕਿੰਨਾ ਧੋਖਾ ਕਰ ਰਹੇ ਹੈ। ਚੰਡੀਗੜ੍ਹ ਨਗਰ ਨਿਗਮ ਨੇ ਹੁਣ ਸਿਆਸੀ ਪਾਰਟੀਆਂ ਨੂੰ ਆਪਣੀਆਂ ਜਨਤਕ ਮੀਟਿੰਗਾਂ ਜਾਂ ਫਿਰ ਚੋਣ ਰੈਲੀਆਂ ਕਰਨ ਦੇ ਲਈ ਗਰਾਊਂਡ ਮੁਹੱਈਆ ਕਰਵਾਉਣ ਦੇ ਲਈ ਹੁਣ ਰੇਟ ਤੈਅ ਕਰ ਦਿੱਤੇ ਨੇ। ਇਸ ਨੂੰ ਇੱਕ ਘੰਟੇ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਬੁੱਕ ਕਰਨ ਦੀ ਸਹੂਲਤ ਦਿੱਤੀ ਗਈ ਹੈ। ਨਗਰ ਨਿਗਮ ਨੇ ਇਸ ਦੇ ਲਈ 500 ਰੁਪਏ ਪ੍ਰਤੀ ਘੰਟਾ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ ਅਤੇ ਗਰਾਊਂਡ ਦੀ ਸਾਫ਼ ਸਫਾਈ ਕਰਨ ਦੇ ਲਈ 2000 ਰੁਪਏ ਰੱਖੇ ਗਏ ਨੇ। ਇਸ ਤੋਂ ਇਲਾਵਾ ਇਸ ਅਮਾਊਂਟ 'ਤੇ GST ਵੀ ਵਸੂਲਿਆ ਜਾਵੇਗਾ। ਜੇਕਰ ਕੋਈ ਪਾਰਟੀ ਗਰਾਊਂਡ ਬੁੱਕ ਕਰਦੀ ਹੈ ਅਤੇ ਉਸਦਾ ਇਵੈਂਟ ਇੱਕ ਘੰਟੇ ਤੋਂ ਜਾਂ ਫਿਰ ਪਹਿਲਾਂ ਹੀ ਖਤਮ ਹੋ ਜਾਂਦਾ ਤਾਂ ਉਸਨੂੰ ਰਿਫੰਡ ਵੀ ਨਹੀਂ ਦਿੱਤਾ ਜਾਵੇਗਾ। ਸਿਆਸੀ ਪਾਰਟੀਆਂ ਵੱਲੋਂ ਨਗਰ ਨਿਗਮ ਤੋਂ ਰੇਟ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਨਿਗਮ ਵੱਲੋਂ ਕੋਈ ਰੇਟ ਨਹੀਂ ਘਟਾਇਆ ਗਿਆ। ਬੁਕਿੰਗ ਦੀ ਸਹੂਲਤ ਸਿਰਫ ਘੰਟੇ ਦੇ ਆਧਾਰ 'ਤੇ ਹੀ ਦਿੱਤੀ ਜਾ ਰਹੀ ਹੈ। ਲੁਧਿਆਣਾ ਦੇ ਹਲਕਾ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਘੋਵਾਲ ਦੇ ਬੇਟੇ ਦੇ ਵਿਆਹ ਸਮਾਰੋਹ ਦੇ ਵਿੱਚ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਕੁਝ ਵਿਅਕਤੀਆਂ ਨੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਹੋਏ ਆਮ ਆਦਮੀ ਪਾਰਟੀ ਦੇ ਹੀ ਬਲਾਕ ਪ੍ਰਧਾਨ ਸਾਹਿਬਜੀਤ ਸਿੰਘ ਉਰਫ ਸਾਬੀ ਦੇ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਸਾਬੀ ਦੀ ਪੱਗ ਉਤਾਰ ਕੇ ਉਸਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤਾ ਅਤੇ ਉਸਨੂੰ ਲਹੂ ਲੁਹਾਨ ਕਰ ਦਿੱਤਾ। ਗੰਭੀਰ ਰੂਪ ਦੇ ਵਿੱਚ ਫਟੜ ਹੋਏ ਬਲਾਕ ਪ੍ਰਧਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਜ਼ਿਆਦਾ ਖਰਾਬ ਹੁੰਦਿਆਂ ਡਾਕਟਰਾਂ ਨੇ ਦਯਾਨੰਦ ਹੋਸਪਿਟਲ ਰੈਫਰ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਇਆ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਛੋਟੇ ਮੂਸੇਵਾਲਾ ਦੇ ਨਾਲ ਹਰਿਮੰਦਰ ਸਾਹਿਬ ਪਹੁੰਚਦੇ ਹੈ, ਜਿੱਥੇ ਉਹਨਾਂ ਨੇ ਬੱਚੇ ਸਮੇਤ ਮੱਥਾ ਟੇਕਿਆ। ਪਹਿਲੀ ਵਾਰ ਹੈ ਕਿ ਜਦੋਂ ਛੋਟਾ ਮੂਸੇਵਾਲਾ ਹਰਿਮੰਦਰ ਸਾਹਿਬ ਪਹੁੰਚਿਆ। ਪਰਿਵਾਰ ਦਾ ਕਹਿਣਾ ਹੈ ਕਿ ਗੁਰੂ ਘਰ ਆਸ਼ੀਰਵਾਦ ਲੈਣ ਦੇ ਲਈ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਛੋਟੇ ਸਿੱਧੂ ਨੂੰ ਹਰਿਮੰਦਰ ਸਾਹਿਬ ਲੈ ਕੇ ਆਏ ਹੈ। ਲੋਕਾਂ ਨੇ ਛੋਟੇ ਸਿੱਧੂ ਦੇ ਆਉਣ 'ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਸ ਨੂੰ ਦੇਖ ਕੇ ਕੁਝ ਲੋਕ ਭਾਵੁਕ ਵੀ ਹੋਏ ਹੈ। ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਚੋਣ ਨਾ ਲੜਨ ਦਾ ਕਾਰਨ ਦੱਸਿਆ। ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਵਾਰ ਚੋਣਾਂ ਲੜਨਾ ਚਾਹੁੰਦੇ ਸਨ, ਪਰ ਛੋਟੇ ਸਿੱਧੂ ਦੇ ਆਉਣ ਦੇ ਕਰਕੇ ਘਰ ਦੇ ਵਿੱਚ ਮਾਹੌਲ ਨੂੰ ਦੇਖਦੇ ਹੋਇਆਂ ਉਹਨਾਂ ਨੇ ਨਾ ਚੋਣਾਂ ਲੜਨ ਦਾ ਫੈਸਲਾ ਕੀਤਾ। ਫਿਲਹਾਲ 5 ਵਜੇ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮਿਲਦੇ ਹੋ ਇਜਾਜ਼ਤ, ਧੰਨਵਾਦ।